ਪਿਛਲੇ ਕਈ ਦਿਨਾਂ ਤੋਂ ਪੰਜਾਬੀ ਦੀ ਨਵੀਂ ਰਿਲੀਜ਼ ਹੋਈ ਫਿਲਮ ਸਾਡਾ ਹੱਕ ਚਰਚਾ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਬਾਰੇ ਮੇਰੀ ਉਤਸੁਕਤਾ ਹੋਰ ਜਾਗੀ ਜਦੋਂ ਪੰਜਾਬ ਸਰਕਾਰ ਨੇ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੇ ਪਾਬੰਦੀ ਲਗਾ ਦਿੱਤੀ ਜਦ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫਿਲਮ ਨੂੰ ਪਾਸ ਕਰਨ ਦਾ ਇਹ ਸੈਂਸਰ ਬੋਰਡ ਨੂੰ ਉਪਰ ਜ਼ੋਰ ਪੀਲ ਕੀਤੀ ਗਈ ਸੀ ਫਿਲਮ ਬਾਰੇ ਕਈ ਤਰ੍ਹਾਂ ਦੇ ਵਿਚਾਰ ਪੜਨ ਅਤੇ ਸੁਣਨ ਨੂੰ ਮਿਲੇ ਜੈਜ਼ੀ ਬੀ ਦੇ ਟੀਵੀ ਉਤੇ ਵਜਦੇ ਗੀਤ ਨੇ ਮੇਰੇ ਅੰਦਰ ਕਈ ਭੁਲੇਖੇ ਸਿਰਜ ਦਿੱਤੇ ਸਨ ਪਰ ਮੈਂ ਨਿੱਜੀ ਇਹ ਫੈਸਲਾ ਕੀਤਾ ਕਿ ਬਿਨਾ ਇਸ ਫਿਲਮ ਨੂੰ ਵੇਖਿਆ ਮੈਂ ਕੋਈ ਵਿਚਾਰ ਪ੍ਰਗਟ ਨਹੀਂ ਕਰਾਂਗਾ ਬੀਤੇ ਸਨੇਚਰਵਾਰ 6 ਅਪ੍ਰੈਲ ਨੂੰ ਬ੍ਰੈਂਟਨ ਦੇ 20 ਮਾਈਲ ਸਿਲਵਰ ਸੈਟਰ ਵਿੱਚ ਜਿੱਥੇ ਇਹ ਫਿਲਮ ਲੱਗੀ ਸੀ ਮੇਰੀ ਬੇਟੀ ਨਤਾਸ਼ਾ ਨੇ ਮੇਰੀਆਂ ਟਿਕਟਾਂ ਦਾ ਬੰਦੋਬਸ ਕਰ ਦਿੱਤਾ ਸਾਡਾ ਸ਼ੋਅ 10 ਵਜੇ ਸ਼ੁਰੂ ਹੋਣਾ ਸੀ ਤੇ ਮੈਂ 7:30 ਵਜੇ ਥੀਏਟਰ ਵਿੱਚ ਪਹੁੰਚਿਆ ਤਾਂ ਸਿਨੇਮਾ ਹਾਲ ਵਿੱਚ ਦਰਸ਼ਕਾਂ ਦੀ ਭੀੜ ਦਾ ਹੜਵਗ ਰਿਹਾ ਸੀ ਇਸ ਵੀਕਐਂਡ ਉਤੇ ਸਾਰੇ ਸ਼ੋਅ ਸੋਲਡ ਆਊਟ ਹੋ ਚੁੱਕੇ ਸਨ ਬੀਤੇ ਕੁਝ ਕੁ ਸਮੇਂ ਤੋਂ ਪੰਜਾਬੀ ਦੀਆਂ ਕਾਮੇਡੀ ਦੀਆਂ ਫਿਲਮਾਂ ਦਾ ਕਾਫੀ ਸਫਲ ਦੌਰ ਚੱਲਦਾ ਆ ਰਿਹਾ ਹੈ ਤੇ ਇਹੋ ਜੇ ਸਮੇਂ ਕੁਝ ਨਵੀਂ ਗੱਲ ਸਫਲ ਹੋਣੀ ਅਸੰਭਵ ਲੱਗਦੀ ਸੀ ਪੰਜਾਬ ਦੇ ਕਾਲੇ ਦੌਰ ਬਾਰੇ ਹਵਾएं ਦੇਸ ਹੋਇਆ ਪ੍ਰਦੇਸ਼ ਤੇ ਅਨੂਆਦ ਕੁਝ ਫਿਲਮਾਂ ਬਣੀਆਂ ਸਨ ਪਰ ਆਪਣੀ ਨਿਵੇਕਲੀ ਦਿੱਖ ਅਤੇ ਦਿਸ਼ਾ ਵਾਲੀ ਫਿਲਮ ਸਾਡਾ ਹੱਕ ਨੇ ਮੈਨੂੰ ਇੱਕ ਮਿੰਟ ਵੀ ਬੋਰਉਣ ਨਹੀਂ ਦਿੱਤਾ ਮੈਨੂੰ ਫਿਲਮ ਦੀ ਕਹਾਣੀ ਸੰਵਾਦ ਤੇ ਸੰਗੀਤ ਹੀ ਚੰਗਾ ਨਹੀਂ ਲੱਗਾ ਸਗੋ ਇਸ ਫਿਲਮ ਦਾ ਕੈਮਰਾ ਵਰਕ ਤੇ ਨਿਰਦੇਸ਼ਨ ਵੀ ਸਲਾਣਯੋਗ ਸੀ ਮੇਰੀ ਕਿਆਸ ਅਨਸਾਰ ਕੀਤੀ ਸੋਚ ਦੇ ਉਲਟ ਰੇ ਪਤਿ ਤਸ਼ੱਦਦ ਵਾਲੇ ਸੀਨ ਵੀ ਟੁਕਵੇਂ ਟੰਗਣਾ ਫਿਲਮਾਏ ਗਏ ਸਨ ਮੈਨੂੰ ਇਹ ਫਿਲਮ ਇੱਕ ਦੋ ਮਾਮੂਲੀ ਜੀਆਂ ਖਾਮੀਆਂ ਨੂੰ ਛੱਡ ਕੇ ਦਿਲਚਸਪੀ ਨਹੀਂ ਬਹੁਤ ਕੁਝ ਸਮਝਾਉਣ ਵਿੱਚ ਸਫਲ ਰਹੀ ਇਹ ਵੀ ਕੋੜਾ ਸੱਚ ਹੈ ਕਿ ਕਿਸੇ ਨੇ ਇੰਨੀ ਦਲੇਰੀ ਨਾਲ ਪੰਜਾਬ ਦਾ ਕਾਲਾ ਦੌਰ ਦਰਸਾਉਣ ਦੀ ਹਿੰਮਤ ਵੀ ਨਹੀਂ ਕੀਤੀ ਇਹ ਫਿਲਮ ਉਹਨਾਂ ਲਈ ਜਿਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਸਰਕਾਰੀ ਜ਼ੁਲਮ ਦੀ ਹਨੇਰੀ ਵਿੱਚ ਜਾਨ ਦਿੱਤੀ ਹੈ ਉਹਨਾਂ ਲਈ ਇਸ ਫਿਲਮ ਦੇ ਡੂੰਗੇ ਅਰਥ ਨੇ ਮੇਰੀ ਧਰਮ ਪਤਨੀ ਮਨਜੀਤ ਵੀਤੇ 25 ਸਾਲਾਂ ਤੋਂ ਕਿਸੇ ਨਾ ਕਿਸੇ ਸਮੇਂ ਕਾਲੇ ਦਿਨਾਂ ਦੇ ਦੌਰ ਬਾਰੇ ਗੱਲ ਕਰਕੇ ਅੱਖਾਂ ਪਰ ਲੈਂਦੀ ਸੀ ਕਿਉਂਕਿ ਉਸ ਦਾ ਛੋਟਾ ਵੀਰ ਜੋ ਲੁਧਿਆਣੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ 3rd ਇਅਰ ਦਾ ਵਿਦਿਆਰਥੀ ਸੀ ਇਸੇ ਸੰਤਾਪ ਵਿੱਚ 10 ਮਹੀਨੇ ਜੇਲ੍ਹ ਅੰਦਰ ਨਿਰਦੋਸ਼ ਡੱਕਿਆ ਰਿਹਾ ਤੇ ਉਹ ਹੁਣ ਪਿਛਲੇ 20 ਸਾਲਾਂ ਤੋਂ ਕੈਨੇਡਾ ਆ ਕੇ ਇੰਡੀਆ ਜਾਣ ਦਾ ਨਾਂ ਤੱਕ ਨਹੀਂ ਲਿੰਦਾ। ਸਿਨੇਮਾ ਕਰਦੇ ਬਾਹਰ ਨਿਕਲਣ ਸਮੇ ਮੇਰੀ ਪਤਨੀ ਦੇ ਅੱਖਾਂ ਵਿੱਚ ਉਸੇ ਵੇਲੇ ਦਾ ਕੁਝ بچਿਆ ਦਰਦ ਉਸ ਦੀ ਅੱਖਾਂ ਵਿੱਚੋਂ ਨੀਰ ਬਣ ਅੱਜ ਵੀ ਵਹਿ ਰਿਹਾ ਸੀ। ਪੰਜਾਬ ਦਾ ਕਾਲਾ ਦੌਰ ਕੋਈ ਪੰਜਾਬ ਦੇ ਫਿਰਕਿਆਂ ਦੀ ਧਾਰਮਿਕ ਲੜਾਈ ਨਹੀਂ ਸੀ। ਇਹ ਤਾਂ ਸਿੱਖਾਂ ਵੱਲੋਂ ਸਰਕਾਰ ਵਿਰੁੱਧ ਆਪਣੇ ਹੱਕਾਂ ਲਈ ਜੰਗ ਸੀ ਜਿਸ ਨੂੰ ਬੇਰਹਿਮੀ ਨਾਲ ਭਾਵੇਂ ਕੁਚਲ ਦਿੱਤਾ ਗਿਆ ਪਰ ਪ੍ਰਣਾਲਾ ਅੱਜ ਵੀ ਉੱਥੇ ਦੋ-ਦੋਥੇ ਖੜ੍ਹਾ ਹੈ। ਮੈਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਇਹ ਫਿਲਮ ਦੇਖ ਕੇ ਹੀ ਆਪਣੀ ਦਲੀਲ ਬਣਾਓ ਕਿਉਂਕਿ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਅਸੀਂ ਪੰਜਾਬ ਦੇ ਨਵੇਂ ਸਰੂਪਕ ਲਈ ਆਸਮਾਨ ਹੋ ਸਕਦੇ ਹਾਂ ਬੜੀ ਚੰਗੀ ਗੱਲ ਹੈ ਕਿ ਇਸ ਫਿਲਮ ਦੇ ਵਿਰੋਧ ਵਿੱਚ ਹਿੰਦੂ ਭਾਈਚਾਰੇ ਦੇ ਸੰਗਠਨ ਵੱਲੋਂ ਵਾਅਬੇ ਲਖੜਾ ਕਰਨ ਦੀ ਕੋਈ ਵੀ ਤੁਕ ਨਜ਼ਰ ਨਹੀਂ ਆਈ ਕਿਉਂਕਿ ਇਸ ਫਿਲਮ ਵਿੱਚ ਕਿਦਰੇ ਵੀ ਫਿਰਕੂ ਹਿੰਸਾ ਨੂੰ ਪੈਦਾ ਕਰਨ ਤੇ ਫਲਾਉਣ ਦਾ ਯਤਨ ਨਹੀਂ ਹੈ ਸਗੋਂ ਇਹ ਫਿਲਮ ਸਾਂਝੀ ਵਲਤਾ ਤੇ ਪੰਜਾਬੀਆਂ ਦੀ ਤਰਾਸ ਦੀ ਰੱਥ ਚੋਂਦੀ ਦਸਤਾਵੇਜ਼ ਹੈ ਇਸ ਵਿੱਚ ਲੀਆਂ ਘਟਨਾਵਾਂ ਅਤੇ ਪਾਤਰ ਵੀ ਜਾਣੇ ਪਛਾਣੇ ਨੇ ਤੇ ਪੰਜਾਬੀਆਂ ਦੇ ਚੇਤਿਆਂ ਵਿੱਚ ਅੱਜ ਵੀ ਚਸਕ ਦੇ ਦਰਦ ਵਾਂਗ ਵਸਦੇ ਨੇ ਖਾਸ ਕਰਕੇ ਉਹਨਾਂ ਪੰਜਾਬੀਆਂ ਦੇ ਜਿਨ੍ਹਾਂ ਨੇ ਆਪਣੇ ਪਿੰਡਿਆਂ ਉੱਤੇ ਇਸ ਕਾਲੇ ਦੌਰ ਦੇ ਸੇਕ ਨੂੰ ਜਰਿਆ ਹੈ ਹੋਰ ਵੀ ਚੰਗੀ ਇਹ ਗੱਲ ਹੈ ਕਿ ਇਹ ਫਿਲਮ ਗੱਲਬਾਤ ਲੋਕ ਲਹਿਰ ਅਤੇ ਵਿਚਾਰਧਾਰਾ ਰਾਹੀਂ ਮਸਲਿਆਂ ਦੇ ਹੱਲ ਵੱਲ ਇਸ਼ਾਰਾ ਕਰਦੀ ਹੈ ਜੋ ਕਿ ਬਹੁਤ ਸਲਾਹੁਣਯੋਗ ਕਦਮ ਹੈ ਪ੍ਰੋਡਿਊਸਰ ਅਤੇ ਨਾਇਕ ਕੁਲਜਿੰਦਰ ਸਿੱਧੂ ਦੀ ਪੇਸ਼ਕਾਰੀ ਨੂੰ ਸਲਾਮ ਡਾਇਰੈਕਟਰ ਮਨਦੀਪ ਬੈਣੀਪਾ ਸੱਚ ਦੇ ਅਜਿਹੇ ਲਾਜਵਾ ਪੇਸ਼ਕਾਰੀ ਲਈ ਵਧਾਈ ਦਾ ਪਾਤਰ ਹੈ ਸਮੇਂ ਦੇ ਬਦਲਣਾ ਸਰਕਾਰਾਂ ਬਦਲੀਆਂ ਨੇ ਪਰ ਅਫਸੋਸ ਹੈ ਸਰਕਾਰ ਚਲਾਉਣ ਵਾਲੇ ਹਾਲੇ ਵੀ ਨਹੀਂ ਬਦਲੇ ਘਟ ਗਿਣਤੀ ਦੀ ਸੁਣਵਾਈ ਹਾਲੇ ਵੀ ਅੰਗੋਲੀ ਜਾਂਦੀ ਹੈ ਪੰਜਾਬ ਜਾਂ ਹਰਿਆਣਾ ਵਿੱਚ ਇਸ ਫਿਲਮ ਉੱਤੇ ਪਾਬੰਦੀ ਕਿਉਂ ਉਹ ਇਸ ਲਈ ਕਿ ਜੇ ਸਰਕਾਰ ਲੋਕਾਂ ਨਾਲ ਬੇਇਨਸਾਫੀ ਕਰੇਗੀ ਤਾਂ ਲੋਕ ਜਾਗਰੂਤੀ ਦੀ ਲਹਿਰ ਇੱਕ ਵਾਰੀ ਫਿਰ ਉੱਠ ਸਕਦੀ ਹੈ ਤੇ ਉਸ ਦੇ ਨਤੀਜੇ ਮਾਰੂ ਸਾਬਤ ਹੋ ਸਕਦੇ ਨੇ ਜਿਸ ਤੋਂ ਸਾਡੇ ਹਾਕਮ ਨਿਰਸੰਦੇ ਡਰਦੇ ਨੇ ਮੈਂ ਸ਼ਾਂਤੀ ਦਾ ਪੁਜਾਰੀ ਹਾਂ ਤੇ ਨਾਨ ਵਾਇਲੈਂਸ ਵਿੱਚ ਵਿਸ਼ਵਾਸ ਰੱਖਦਾ ਹਾਂ ਮੈਂ ਬੇਨਤੀ ਕਰਾਂਗਾ ਕਿ ਇਹ ਫਿਲਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਮੈਂ ਕਰਨ ਦੀ ਬਜਾਏ ਚੰਡੀਗੜ੍ਹ ਪੰਜਾਬ ਐਸੈਂਬਲੀ ਵਿੱਚ ਪੰਜਾਬ ਦੇ ਸਾਰੇ ਦਲਾਂ ਦੇ ਪ੍ਰਤੀਨਿਧਾਂ ਨਾਲ ਇਕੱਠੇ ਬਹਿ ਕੇ ਦੇਖ ਕੇ ਸਬਕ ਸਿੱਖਣ ਤਾਂ ਜੋ ਮੋੜ ਪੰਜਾਬ ਵਿੱਚ ਅਤਵਾਦ ਪੈਦਾ ਹੋਣ ਦੀ ਲੋੜ ਹੀ ਮਹਿਸੂਸ ਨਾ ਪਵੇ ਮੈਂ ਪੰਜਾਬ ਵਿੱਚ ਨਹੀਂ ਵਿਸ਼ਵ ਭਰ ਵਿੱਚ ਅਮਨ ਅਤੇ ਖੁਸ਼ਹਾਲੀ ਲਈ ਦੁਆ ਕਰਦਾ ਸਿਰਾਂ ਤੇ ਲਾਲ ਹਰੀਆਂ ਨੀਲੀਆਂ ਜਲ ਪੀਲੀਆਂ ਪੱਗਾਂ ਮੇਰੀ ਪੰਜਾਬੀ ਦਾ ਮਾਣ ਇਹ ਸੋਹਣੀਆਂ ਪੱਗਾਂ ਕਦੀ ਦਿਸਦੀ ਹੈ ਸਿਰੋਤੇ ਕਦੀ ਅਮਲਾਂ ਚ ਦਿਸਦੀ ਹੈ ਜਿਵੇਂ ਉਦਮ ਭਗਤ ਸਿੰਘ ਨੇ ਦਿਲਾਂ ਤੇ ਬੰਨੀਆਂ ਪੰਗਾ ਜੋ ਮੇਰੇ ਸੀਸ ਤੇ ਵੱਜੀ ਹੈ ਸੀਨੇ ਵਿੱਚ ਉੱਕਰੀ ਹੈ ਜੋ ਸੀਨੇ ਵਿੱਚ ਨਾ ਉਕਰਨ ਉਹ ਪੈਰੀ ਰੁੱਲਦੀਆਂ ਪੰਗਾ